ਅੱਜ SKM ਭਾਰਤ ਦੇ ਸੱਦੇ ਤੇ ਸਾਰੇ ਦੇਸ਼ ਦੇ ਵਿੱਚ ਜਿਹੜੇ ਟਰੈਕਟਰ ਅਸੀਂ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਖੜੇ ਕੀਤੇ ਆ, ਉਹਦੇ ਤਹਿਤ ਜੋ ਉਸ ਮੈਨੂੰ ਕੋਈ ਰਿਪੋਰਟਾਂ ਆਈਆਂ ਨੇ ਪੰਜਾਬ ਦੀਆਂ 100 ਤੋਂ ਉੱਪਰ ਜਗ੍ਹਾ ਤੇ ਜਿਹੜੇ ਟਰੈਕਟਰ ਨੇ ਸਾਡੇ ਸੜਕਾਂ ਤੇ ਖੜੇ ਆ, ਹਰ ਕਸਬਿਆਂ ਦੇ ਵਿੱਚ ਲੋਕ ਆਮ ਮਹਾਰੇ ਟਰੈਕਟਰ ਲੈ ਕੇ ਆਏ ਆ। ਮੈਂ ਪਿੱਛੋਂ 2 ਜਗ੍ਹਾ ਤੋਂ ਹੋ ਕੇ ਆਇਆ, ਘੁਹਾੜੇ ਵੀ 150-200 ਟਰੈਕਟਰ ਖੜਾ, ਅੱਗੇ ਖਮਾਣੋ ਖੜੇ ਨੇ, ਮਰਿੰਡੇ ਖੜੇ ਨੇ, ਮੋਹਾਲੀ 'ਚ ਤੇ 4 ਜਗ੍ਹਾ 'ਚ ਟਰੈਕਟਰ ਖੜੇ ਆ। ਮੈਂ ਉੱਥੇ ਵੀ ਜਾਣਾ ਤੇ ਧੰਨਵਾਦ ਕਰਦੇ ਆ ਸਾਰੇ ਕਿਸਾਨਾਂ ਦਾ ਕਿ WTO ਜਿਹਦੀ ਅਸੀਂ ਪਿਛਲੇ 32 ਸਾਲ ਤੋਂ ਵਿਰੋਧਤਾ ਕਰਦੇ ਆ ਰਹੇ ਹਾਂ, ਭਾਵੇਂ ਪਹਿਲਾਂ ਗੈਟ ਸਮਝੌਤੇ ਦੀ ਵਿਰੋਧਤਾ ਕੀਤੀ ਆ, ਉਦੋਂ ਵੀ 32 ਸਾਲ ਪਹਿਲਾਂ ਵੀ ਅਸੀਂ ਫਰਾਂਸ ਦੇ ਵਿੱਚ ਜਾ ਕੇ 250 ਕਿਸਾਨਾਂ ਨੇ ਇੰਡੀਆ ਦੇ ਵਿੱਚੋਂ 50 ਕਿਸਾਨ ਪੰਜਾਬ 'ਚੋਂ ਗਏ ਸੀ, ਅਸੀਂ ਉੱਥੇ ਵਿਰੋਧਤਾ ਕਰਕੇ ਆਏ ਸੀ ਕਿਉਂਕਿ ਜਿਹੜੇ ਇਹ ਦੇਸ਼ ਵੱਡੇ ਦੇਸ਼ ਨੇ ਇਹ ਕਹਿੰਦੇ ਆ ਵੀ ਛੋਟੇ ਦੇਸ਼ਾਂ ਦੀਆਂ ਸਬਸਿਡੀਆਂ ਬੰਦ ਕਰ ਦਵੋ, ਇਹ ਆਪ ਵੱਡੀਆਂ ਸਬਸਿਡੀਆਂ ਡੀਜ਼ਲ 'ਤੇ ਵੀ ਸਬਸਿਡੀ ਦਿੰਦੇ ਆ, ਖਾਦਾਂ 'ਤੇ ਵੀ ਦਿੰਦੇ ਆ, ਉਹਦੇ ਨਾਲ ਇਹਨਾਂ ਕੋਲ ਜਿਹੜਾ ਸਮਾਨ ਵਾਧੂ ਪਿਆ ਉਹ ਇਹ ਦੇਸ਼ ਸਾਡੇ 'ਚ ਪੋਲਟਰੀ ਜਿਹੜਾ ਇਹਨਾਂ ਕੋਲ ਦੁੱਧ ਪਿਆ ਉਹ ਇੱਥੇ ਸੁੱਟ ਦੇਣਗੇ, ਸਾਡੀਆਂ ਸਾਰੀਆਂ ਚੀਜ਼ਾਂ ਦੇ ਰੇਟ ਥੱਲੇ ਕਰ ਦੇਣਗੇ। ਇੱਕ ਵਾਰੀ ਇਹ ਸਾਰੇ ਜਦ ਰੇਟ ਥੱਲੇ ਆ ਗਏ ਤਾਂ ਅਸੀਂ ਜ਼ਮੀਨਾਂ ਵੇਚਣ ਲਈ ਕਾਰਪੋਰੇਟ ਘਰਾਣਿਆਂ ਨੂੰ ਮਜਬੂਰ ਹੋ ਜਾਵਾਂਗੇ, ਜਿਵੇਂ ਕਾਰਪੋਰੇਟ ਘਰਾਣੇ ਲੱਖ ਲੱਖ ਏਕੜ ਦਾ ਫਾਰਮ ਬਣਾ ਰਹੇ, ਇਸ ਤਰ੍ਹਾਂ ਵੱਡੇ ਫਾਰਮ ਬਣ ਜਾਣਗੇ, ਸੈਲੋ ਬਣ ਜਾਣਗੇ। ਅਤੇ ਸਾਡੀ ਜਿਹੜੀ ਆ ਅਸੀਂ ਉਹੀ ਮੰਗ ਕਰਦੇ ਹਾਂ ਵੀ MSP ਸਾਡੀ ਉਹ ਤਾਂ ਹੈਗੀ ਆ ਜਿਹੜੀ 2 ਫਸਲਾਂ 'ਤੇ, ਬਾਕੀ ਜਿਹੜੀ ਫਸਲਾਂ 'ਤੇ ਵੀ MSP ਸਾਨੂੰ ਦਿੱਤੀ ਜਾਵੇ। ਉਹਦੇ ਲਈ ਅਸੀਂ ਸਾਰੇ ਦੇਸ਼ ਦੇ ਵਿੱਚ ਅੱਜ ਇਹ ਮੁਜ਼ਾਹਰੇ ਕਰ ਰਹੇ ਹਾਂ ਵੀ ਜਿਹੜਾ ਕਿਸਾਨੀ ਨੂੰ WTO ਤੋਂ ਬਾਹਰ ਰੱਖਿਆ ਜਾਵੇ, ਸਾਨੂੰ C2+50% ਦੇ ਹਿਸਾਬ ਨਾਲ ਰੇਟ ਦਿੱਤੇ ਜਾਣ, ਜਿਵੇਂ 2200 ਕਣਕ ਦਾ ਬਣਦਾ ਸਾਡਾ 300,000 ਤੋਂ ਉੱਪਰ ਕਣਕ ਦਾ ਬਣਦਾ, 3000 ਤੋਂ ਉੱਪਰ ਝੋਨੇ ਦਾ ਬਣਦਾ। ਜੇ WTO ਦੇ ਵਿੱਚ ਇਹਨਾਂ ਨੇ ਸ਼ਰਤਾਂ ਮੰਨ ਲੈਂਦੇ ਤਾਂ 1200 ਰੁਪਏ ਕੁਇੰਟਲ ਕਣਕ ਅਤੇ ਝੋਨੇ ਦਾ ਸਾਡਾ ਰੇਟ ਰਹਿ ਜੂਗਾ, ਜਿਹਦੇ ਨਾਲ ਖੇਤੀ ਵਾਈਬਲ ਨਹੀਂ ਰਹੂਗੀ। ਅੱਗੇ ਸਾਡੇ 'ਤੇ ਕਰਜ਼ੇ ਚੜ੍ਹੇ ਆ, ਸਾਡੇ ਸਾਰੇ ਕਰਜ਼ੇ ਮਾਫ਼ ਕੀਤੇ ਜਾਣ, ਸਾਨੂੰ ਪੈਨਸ਼ਨ ਲਾਈ ਜਾਵੇ, ਫਸਲ ਬੀਮਾ ਯੋਜਨਾ ਸਾਨੂੰ ਅਲੱਗ ਕੀਤਾ ਜਾਵੇ, ਲਖਮੀਰਪੁਰ ਖੀਰੀ ਦਾ ਇਨਸਾਫ ਸਾਨੂੰ ਮਿਲ ਜਾਵੇ। ਅਤੇ ਦੂਸਰਾ ਜਿਹੜੀ ਸਾਡੇ 'ਤੇ ਧੱਕਾ ਹੁਣ ਹੋਇਆ, ਸਾਡਾ ਇੱਕ ਨੌਜਵਾਨ ਸ਼ਹੀਦ ਕੀਤਾ ਗਿਆ, ਉਹਨਾਂ ਦੇ ਖਿਲਾਫ ਹਰਿਆਣਾ ਸਰਕਾਰ 'ਚ 302 ਅਤੇ 307 ਦੇ ਪਰਚਿਆਂ ਦੀ ਅਸੀਂ ਮੰਗ ਕਰਦੇ ਹਾਂ। ਅਤੇ 14 ਮਾਰਚ ਨੂੰ ਅਸੀਂ ਇੱਕ ਦਿੱਲੀ ਵੱਡਾ ਕਿਸਾਨ ਮਹਾਂਪੰਚਾਇਤ ਕਰ ਰਹੇ ਹਾਂ, ਜਿਹਦੇ 'ਚ ਸਾਰੇ ਸਟੇਟਾਂ ਤੋਂ ਵੱਡੀ ਗਿਣਤੀ 'ਚ ਪਹੁੰਚਣਗੇ। ਉੱਥੇ ਅਸੀਂ ਦਿੱਲੀ ਨੂੰ ਦਿਖਾਵਾਂਗੇ ਵੀ ਲੱਖਾਂ ਕਿਸਾਨ ਕਿਵੇਂ ਪਹੁੰਚ ਗਏ। ਅੱਜ SKM ਭਾਰਤ ਦੇ ਸੱਦੇ 'ਤੇ ਸਾਰੇ ਦੇਸ਼ ਦੇ ਵਿੱਚ ਜਿਹੜੇ ਟਰੈਕਟਰ ਅਸੀਂ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਖੜੇ ਕੀਤੇ ਆ, ਉਹਦੇ ਤਹਿਤ ਜੋ ਉਸ ਮੈਨੂੰ ਕੋਈ ਰਿਪੋਰਟਾਂ ਆਈਆਂ ਨੇ ਪੰਜਾਬ ਦੀਆਂ 100 ਤੋਂ ਉੱਪਰ ਜਗ੍ਹਾ ਤੇ ਜਿਹੜੇ ਟਰੈਕਟਰ ਨੇ ਸਾਡੇ ਸੜਕਾਂ ਤੇ ਖੜੇ ਆ, ਹਰ ਕਸਬਿਆਂ ਦੇ ਵਿੱਚ ਲੋਕ ਆਮ ਮਹਾਰੇ ਟਰੈਕਟਰ ਲੈ ਕੇ ਆਏ ਆ। ਮੈਂ ਪਿੱਛੋਂ 2 ਜਗ੍ਹਾ ਤੋਂ ਹੋ ਕੇ ਆਇਆ, ਘੁਹਾੜੇ ਵੀ 150-200 ਟਰੈਕਟਰ ਖੜਾ, ਅੱਗੇ ਖਮਾਣੋ ਖੜੇ ਨੇ, ਮਰਿੰਡੇ ਖੜੇ ਨੇ, ਮੋਹਾਲੀ 'ਚ ਤੇ 4 ਜਗ੍ਹਾ 'ਚ ਟਰੈਕਟਰ ਖੜੇ ਆ। ਮੈਂ ਉੱਥੇ ਵੀ ਜਾਣਾ ਤੇ ਧੰਨਵਾਦ ਕਰਦੇ ਆ ਸਾਰੇ ਕਿਸਾਨਾਂ ਦਾ ਕਿ WTO ਜਿਹਦੀ ਅਸੀਂ ਪਿਛਲੇ 32 ਸਾਲ ਤੋਂ ਵਿਰੋਧਤਾ ਕਰਦੇ ਆ ਰਹੇ ਹਾਂ, ਭਾਵੇਂ ਪਹਿਲਾਂ ਗੈਟ ਸਮਝੌਤੇ ਦੀ ਵਿਰੋਧਤਾ ਕੀਤੀ ਆ, ਉਦੋਂ ਵੀ 32 ਸਾਲ ਪਹਿਲਾਂ ਵੀ ਅਸੀਂ ਫਰਾਂਸ ਦੇ ਵਿੱਚ ਜਾ ਕੇ 250 ਕਿਸਾਨਾਂ ਨੇ ਇੰਡੀਆ ਦੇ ਵਿੱਚੋਂ 50 ਕਿਸਾਨ ਪੰਜਾਬ 'ਚੋਂ ਗਏ ਸੀ, ਅਸੀਂ ਉੱਥੇ ਵਿਰੋਧਤਾ ਕਰਕੇ ਆਏ ਸੀ ਕਿਉਂਕਿ ਜਿਹੜੇ ਇਹ ਦੇਸ਼ ਵੱਡੇ ਦੇਸ਼ ਨੇ ਇਹ ਕਹਿੰਦੇ ਆ ਵੀ ਛੋਟੇ ਦੇਸ਼ਾਂ ਦੀਆਂ ਸਬਸਿਡੀਆਂ ਬੰਦ ਕਰ ਦਵੋ, ਇਹ ਆਪ ਵੱਡੀਆਂ ਸਬਸਿਡੀਆਂ ਡੀਜ਼ਲ 'ਤੇ ਵੀ ਸਬਸਿਡੀ ਦਿੰਦੇ ਆ, ਖਾਦਾਂ 'ਤੇ ਵੀ ਦਿੰਦੇ ਆ, ਉਹਦੇ ਨਾਲ ਇਹਨਾਂ ਕੋਲ ਜਿਹੜਾ ਸਮਾਨ ਵਾਧੂ ਪਿਆ ਉਹ ਇਹ ਦੇਸ਼ ਸਾਡੇ 'ਚ ਪੋਲਟਰੀ ਜਿਹੜਾ ਇਹਨਾਂ ਕੋਲ ਦੁੱਧ ਪਿਆ ਉਹ ਇੱਥੇ ਸੁੱਟ ਦੇਣਗੇ, ਸਾਡੀਆਂ ਸਾਰੀਆਂ ਚੀਜ਼ਾਂ ਦੇ ਰੇਟ ਥੱਲੇ ਕਰ ਦੇਣਗੇ। ਇੱਕ ਵਾਰੀ ਇਹ ਸਾਰੇ ਜਦ ਰੇਟ ਥੱਲੇ ਆ ਗਏ ਤਾਂ ਅਸੀਂ ਜ਼ਮੀਨਾਂ ਵੇਚਣ ਲਈ ਕਾਰਪੋਰੇਟ ਘਰਾਣਿਆਂ ਨੂੰ ਮਜਬੂਰ ਹੋ ਜਾਵਾਂਗੇ, ਜਿਵੇਂ ਕਾਰਪੋਰੇਟ ਘਰਾਣੇ ਲੱਖ ਲੱਖ ਏਕੜ ਦਾ ਫਾਰਮ ਬਣਾ ਰਹੇ, ਇਸ ਤਰ੍ਹਾਂ ਵੱਡੇ ਫਾਰਮ ਬਣ ਜਾਣਗੇ, ਸੈਲੋ ਬਣ ਜਾਣਗੇ। ਅਤੇ ਸਾਡੀ ਜਿਹੜੀ ਆ ਅਸੀਂ ਉਹੀ ਮੰਗ ਕਰਦੇ ਹਾਂ ਵੀ MSP ਸਾਡੀ ਉਹ ਤਾਂ ਹੈਗੀ ਆ ਜਿਹੜੀ 2 ਫਸਲਾਂ 'ਤੇ, ਬਾਕੀ ਜਿਹੜੀ ਫਸਲਾਂ 'ਤੇ ਵੀ MSP ਸਾਨੂੰ ਦਿੱਤੀ ਜਾਵੇ। ਉਹਦੇ ਲਈ ਅਸੀਂ ਸਾਰੇ ਦੇਸ਼ ਦੇ ਵਿੱਚ ਅੱਜ ਇਹ ਮੁਜ਼ਾਹਰੇ ਕਰ ਰਹੇ ਹਾਂ
ਵੀ ਜਿਹੜਾ ਕਿਸਾਨੀ ਨੂੰ WTO ਤੋਂ ਬਾਹਰ ਰੱਖਿਆ ਜਾਵੇ, ਸਾਨੂੰ C2+50% ਦੇ ਹਿਸਾਬ ਨਾਲ ਰੇਟ ਦਿੱਤੇ ਜਾਣ, ਜਿਵੇਂ 2200 ਕਣਕ ਦਾ ਬਣਦਾ ਸਾਡਾ, 300,000 ਤੋਂ ਉੱਪਰ ਕਣਕ ਦਾ ਬਣਦਾ, 3000 ਤੋਂ ਉੱਪਰ ਝੋਨੇ ਦਾ ਬਣਦਾ। ਜੇ WTO ਦੇ ਵਿੱਚ ਇਹਨਾਂ ਨੇ ਸ਼ਰਤਾਂ ਮੰਨ ਲੈਂਦੇ ਤਾਂ 1200 ਰੁਪਏ ਕੁਇੰਟਲ ਕਣਕ ਅਤੇ ਝੋਨੇ ਦਾ ਸਾਡਾ ਰੇਟ ਰਹਿ ਜੂਗਾ, ਜਿਹਦੇ ਨਾਲ ਖੇਤੀ ਬਾਈਬਲ ਨਹੀਂ ਰਹੂਗੀ। ਅੱਗੇ ਸਾਡੇ 'ਤੇ ਕਰਜ਼ੇ ਚੜ੍ਹੇ, ਸਾਡੇ ਸਾਰੇ ਕਰਜ਼ੇ ਮਾਫ਼ ਕੀਤੇ ਜਾਣ, ਸਾਨੂੰ ਪੈਨਸ਼ਨ ਲਾਈ ਜਾਵੇ, ਫਸਲ ਬੀਮਾ ਯੋਜਨਾ ਸਾਨੂੰ ਲਾਗੂ ਕੀਤਾ ਜਾਵੇ, ਲਖਮੀਰਪੁਰ ਖੀਰੀ ਦਾ ਇਨਸਾਫ਼ ਸਾਨੂੰ ਮਿਲ ਜਾਵੇ। ਅਤੇ ਦੂਸਰਾ, ਜਿਹੜੀ ਸਾਡੇ 'ਤੇ ਧੱਕਾ ਹੁਣ ਹੋਇਆ, ਸਾਡਾ ਇੱਕ ਨੌਜਵਾਨ ਸ਼ਹੀਦ ਕੀਤਾ ਗਿਆ, ਉਹਨਾਂ ਦੇ ਖਿਲਾਫ਼ ਹਰਿਆਣਾ ਸਰਕਾਰ 'ਚ 302 ਅਤੇ 307 ਦੇ ਪਰਚਿਆਂ ਦੀ ਅਸੀਂ ਮੰਗ ਕਰਦੇ ਹਾਂ। ਅਤੇ 14 ਮਾਰਚ ਨੂੰ ਅਸੀਂ ਇੱਕ ਦਿੱਲੀ ਵੱਡਾ ਕਿਸਾਨ ਮਹਾਂਪੰਚਾਇਤ ਕਰ ਰਹੇ ਹਾਂ, ਜਿਹਦੇ 'ਚ ਸਾਰੇ ਸਟੇਟਾਂ ਤੋਂ ਵੱਡੀ ਗਿਣਤੀ 'ਚ ਪਹੁੰਚਣਗੇ। ਉੱਥੇ ਅਸੀਂ ਦਿੱਲੀ ਨੂੰ ਦਿਖਾਵਾਂਗੇ ਵੀ ਲੱਖਾਂ ਕਿਸਾਨ ਕਿਵੇਂ ਪਹੁੰਚਦੇ ਨੇ।